ਪਾਪਰ ਵਿੱਚ ਅੱਜ ਕੁੱਲ ਮਿਲਾ ਕੇ ਕੁਝ ਕੱਲ੍ਹ ਆਏ ਸੀ ਅੱਜ ਵੀ ਕੁਝ ਰਿਪੋਰਟ ਹੋਏ ਨੇ ਕੁੱਲ ਮਿਲਾ ਕੇ 16 ਕੇਸ ਪੋਜ਼ਿਟਿਵ ਆਏ ਨੇ ਉੱਥੇ ਕੰਟੈਕਟ ਟ੍ਰੇਸਿੰਗ ਜਾਰੀ ਹੈ ਅਤੇ ਸੰਪਰਕ ਵਿੱਚ ਆਏ ਜਿਹੜੇ ਬੱਚੇ ਸੀ ਨਾਲ ਦੇ ਉਹਨਾਂ ਦੇ ਸੈਂਪਲ ਲੈ ਲਏ ਗਏ ਹਨ ਤਕਰੀਬਨ 100 ਦੇ ਅਰਾਊਂਡ ਸੈਂਪਲ ਅੱਜ ਵੀ ਲੈ ਲਏ ਗਏ ਹਨ ਅਤੇ ਬਾਕੀ ਕੰਟੈਕਟ ਟ੍ਰੇਸਿੰਗ ਜਿਵੇਂ ਹੁਣ ਪਤਾ ਲੱਗੇਗੀ ਜਿਹੜੇ ਅੱਜ ਪੋਜ਼ਿਟਿਵ ਆਏ ਉਹਨਾਂ ਤੋਂ ਅੱਗੇ ਫਿਰ ਜਾਰੀ ਰੱਖਾਂਗੇ ਹਾਂਜੀ ਜਿਹੜੇ ਬੱਚੇ ਨਾਲ ਬਿਲਕੁਲ ਰੂਮਮੇਟ ਸੀਗੇ ਜਾਂ ਫਿਰ ਨਾਲ ਪੜ੍ਹਦੇ ਸੀਗੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ ਜ਼ਿਲ੍ਹੇ ਦੇ ਵਿੱਚ ਅੱਜ ਕਿੰਨੇ ਪੋਜ਼ਿਟਿਵ ਕੇਸ ਆ ਗਏ ਅੱਜ 164 ਕੇਸ ਜ਼ਿਲ੍ਹੇ 'ਚ ਗਿਣਤੀ ਲਗਾਤਾਰ ਵੱਧ ਰਹੀ ਹੈ ਬੱਚੇ ਕਿੰਨਾ ਪੋਜ਼ਿਟਿਵ ਆਏ ਹਾਂਜੀ ਇਹਦਾ ਕਾਰਨ ਪਤਾ ਲੱਗਿਆ ਕਿ ਬੱਚੇ ਬੱਚਿਆਂ 'ਚ ਦੇਖੋ ਸਭ ਜਗ੍ਹਾ ਹੀ ਫੈਲ ਰਿਹਾ ਬੱਚਿਆਂ ਦੀ ਵੀ ਮੂਵਮੈਂਟ ਬਾਹਰ ਵੀ ਹੁੰਦੀ ਹੈ ਬੱਚੇ ਖਾਣ ਪੀਣ ਵੀ ਜਾਂਦੇ ਆ ਬਾਹਰ ਵੀ ਘੁੰਮਣ ਜਾਂਦੇ ਆ ਸੋ ਕਿਸੇ ਤਰ੍ਹਾਂ ਵੀ ਐਕਸਪੋਜ਼ਰ ਹੋ ਸਕਦਾ ਕਿਉਂਕਿ ਸਭ ਜਗ੍ਹਾ ਹੀ ਇਨਫੈਕਸ਼ਨ ਹੈ ਅਸੀਂ ਇਸ ਕਰਕੇ ਮਨਾ ਕਰ ਰਹੇ ਹਾਂ ਕਿ ਬੇਲੋੜੀ ਮੂਵਮੈਂਟ ਘਟਾਓ ਸਾਰੇ ਜਣੇ ਹਾਂਜੀ ਕੰਟੇਨਮੈਂਟ ਜ਼ੋਨ ਇੱਕ ਕੱਲ੍ਹ ਰਾਮਬਾਗ ਇਲਾਕਾ ਲੀਲਾ ਭਵਨ ਦਾ ਨੇੜੇ ਉੱਥੇ ਦੋ ਪਰਿਵਾਰਾਂ 'ਚੋਂ 5 ਕੇਸ ਆਏ ਸਨ ਇਸ ਕਰਕੇ ਉੱਥੇ ਬਣਾਇਆ ਗਿਆ ਦੂਸਰਾ ਅੱਜ ਥਾਪਰ ਯੂਨੀਵਰਸਿਟੀ ਦੇ ਵਿੱਚ ਜਿਹੜੇ ਉਹਨਾਂ ਦੇ ਦੋ ਹੋਸਟਲ ਨੇ ਇੱਕ ਹੋਸਟਲ ਬੀ ਜਿਹਦੇ ਵਿੱਚ ਪੋਜ਼ਿਟਿਵ ਕੇਸ ਰੱਖੇ ਜਾ ਰਹੇ ਹਨ ਅਤੇ ਜਿੱਥੇ ਉਹ ਕੇਸ ਅੱਜ ਆਏ ਨੇ ਹੋਸਟਲ ਐੱਮ ਉਹਨਾਂ ਦੋਨਾਂ ਹੋਸਟਲਾਂ ਨੂੰ ਮੈਕਰੋ ਕੰਟੇਨਮੈਂਟ ਇਲਾਕਾ ਬਣਾਇਆ ਗਿਆ ਬਾਕੀ ਇਸ ਨੂੰ ਫਿਰ ਰਿਵਾਈਜ਼ ਕਰਾਂਗੇ ਕੱਲ੍ਹ ਜਿਵੇਂ ਹੋਰ ਕੇਸਿਸ ਦੇ ਸਾਹਮਣੇ ਆਏਗੀ ਉਸ ਤੋਂ ਬਾਅਦ ਰਿਵਾਈਜ਼ ਕਰਾਂਗੇ ਅਪੀਲ ਇਹੀ ਹੈ ਕਿ ਗਿਣਤੀ ਜਿਵੇਂ ਵੱਧ ਰਹੀ ਹੈ ਲਗਾਤਾਰ ਬਹੁਤ ਤੇਜ਼ੀ ਨਾਲ ਫੈਲਾਵਾ ਪਿਛਲੀ ਵਾਰ ਨਾਲੋਂ ਜਿਹੜਾ ਅਗਸਤ ਸਤੰਬਰ ਦੇਖਿਆ ਸੀ ਉਸ ਤੋਂ ਨਾਲੋਂ ਵੀ ਕਿਤੇ ਜ਼ਿਆਦਾ ਤੇਜ਼ੀ ਨਾਲ ਫੈਲਾਵਾ ਉਹ ਦੇਖਣ ਨੂੰ ਮਿਲ ਰਿਹਾ ਇਸ ਵਾਰ ਸੋ ਅਸੀਂ ਸਭ ਨੂੰ ਇਹੀ ਅਪੀਲ ਕਰਦੇ ਹਾਂ ਕਿ ਮਾਸਕ ਦੀ ਯੂਸੇਜ ਸੋਸ਼ਲ ਡਿਸਟੈਂਸਿੰਗ ਅਤੇ ਅਵੋਇਡਬਲ ਜਿੱਥੇ ਜਿੱਥੇ ਜਾਣਾ ਅਵੋਇਡ ਕਰ ਸਕਦੇ ਹੋ ਉੱਥੇ ਨਾ ਜਾਓ ਭੀੜ ਭਾੜ ਇਲਾਕੇ 'ਚ ਨਾ ਜਾਓ ਕੋਸ਼ਿਸ਼ ਕਰੋ ਆਪਣਾ ਸੰਪਰਕ ਘਟਾਉਣ ਦੇ ਵਿੱਚ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।